ਉਹਦੇ ਬੰਦ ਰਹਿਦਾ ਤੂੰ ਮੇਰੀ ਗੱਲ ਸੁਣੋ ਬਾਰਾਂ ਚੌਵੀ ਫੇਵਰੇਟਰ ਆ ਸਕੂਲ ਕਿੰਨਾ ਵਜੇ 12:25 ਰੇਡਰ ਕੋਲ ਕਿਆ ਹੋਣਾ ਰੇਡਰ ਕੋਲ ਲੱਤ ਖੋਲ੍ਹਣ ਦਾ ਮੌਕਾ ਨਹੀਂ ਮਿਲਣਾ ਜੇ ਤੁਸੀਂ ਦੂਰ ਹੈ ਨਾ ਤਾਂ ਰੇਡਰ ਨੇ ਕਿਆ ਕਰਨਾ ਇਹ ਲੱਤ ਇਹ ਲੱਤ ਮਤਲਬ ਬਹੁਤ ਸਾਦਾ ਰੇਡਰ ਲੱਤ ਹੈ ਜਾਂ ਤੁਸੀਂ ਕਲੋਜ ਦੇ ਰਹੇ ਨਾ ਰੇਡਰ ਦੇ ਉਹਦੀ ਲੱਤ ਮਤਲਬ ਮੈਂ ਤੂੰ ਰੇ ਖੜ ਮੈਂ ਰੇਡਰ ਹੈ ਤੂੰ ਮੇਰੇ ਕਲੋਜ ਖੇਡ ਰਿਹਾ ਮੇਰੀ ਲੱਤ ਕਿੰਨੀ ਖੁੱਲੂ ਮੈਂ ਖੋਲ੍ਹਣੀ ਕਿੱਥੇ ਲੱਤ ਜਾ ਮੇਰੇ ਕੋਲ ਹੀ ਖੇਡ ਰਿਹਾ ਹੈ ਮਤਲਬ ਬਚਣਾ ਵੀ ਹੈਗਾ ਅਟੈਕ ਨਹੀਂ ਬਚਣਾ ਹੈ ਮਤਲਬ ਸਿੱਖੋ ਇਹ ਚੀਜ਼ ਕੋਰਨ ਵਾਲੇ ਰੇਡਰ ਦੇ ਨਾਲ ਖੇਡਣਾ ਤਾਂ ਫਾਇਦਾ ਹੁੰਦਾ ਤੁਹਾਨੂੰ 100% ਕੈਚ ਮਿਲਦੀ ਕੈਚ ਨਹੀਂ ਮਿਲਦੀ ਅਤੇ ਮੇਰੇ ਕੋਲ ਖੇਡ ਰਿਹਾ ਮੈਂ ਹਾਂ ਇਹ ਲੈ ਲੱਕ ਦੀ ਕੈਚ ਹਾਈ ਦੀ ਕੈਚ ਮਤਲਬ ਮੇਰੇ ਕਲੋਜ ਖੇਡ ਰਿਹਾ ਲੜਕੀ ਦਾ ਹਾਰ ਨਾ ਕਰੋ ਕਿਹਾ ਤਾਂ ਕੱਲ ਕੋਈ ਇੱਥੇ ਖੇਡ ਰਹੀ ਹੈ ਕੋਰਨ ਪਹੁੰਚ ਸਕਦੀ ਹੋਣੀ ਜੇ ਤਾਂ ਮੈਨੂੰ ਮੌਕਾ ਬਹੁਤ ਹੈ ਪੁਆਇੰਟ ਕੱਢਣ ਦਾ ਇੱਥੇ ਜਾਂ ਪਿੱਛੇ ਹੀ ਹੋ ਗਿਆ ਮੈਂ ਉਹਦੇ ਬੋਸ ਮਾਰਨਾ ਮੈਂ ਇਹਦੇ ਸਿੱਪ ਮਾਰਨਾ ਮੈਂ ਲੱਤ ਖੋਲ੍ਹਣੀ ਕਿਉਂਕਿ ਇਹ ਤਾਂ ਦੂਰ ਹੈ ਨਾ ਮੇਰੇ ਤੇ ਮੈਂ ਥੋੜ੍ਹਾ ਵੀ ਟੈਕ ਖੋਲ੍ਹਣਾ ਜਾਂ ਮੇਰੇ ਕਲੋਜ਼ ਆ ਇਹ ਤਾਂ ਮੇਰੀ ਲੱਤ ਕਿੰਨੀ ਖੁੱਲ੍ਹਣੀ ਕਿੰਨੀ ਕੁ ਮੇਰੇ ਕੋਲ ਹੈ ਨਾ ਇਹ ਕਿੰਨੀ ਖੁੱਲ੍ਹਣੀ ਬਸ ਬ੍ਰੇਕਰ ਦੇ ਨਾਲ ਖੇਡਣਾ ਔਰ ਕੋਰਨਰ ਫੌਜੀ ਅੱਖ ਆਹਮਣੇ ਸਾਹਮਣੇ ਮਿਲਣੀ ਚਾਹੀਦੀ ਅਤੇ ਇਹਦੀ ਆਪਣੀ ਕਬੱਡੀ ਖੇਡੀ ਜਾਣੀ ਬਸ ਵੀ ਆਪਣੀ ਖੇਡਣੀ ਬਸ ਮੈਂ ਹੀ ਖੇਡਣੀ ਬਸ ਤੇਰਾ ਉਹਦੇ ਨਾਲ ਪੂਰਾ ਤਾਲਮੇਲ ਹੋਣਾ ਚਾਹੀਦਾ ਕੋਰਨਰ ਨਾਲ ਵੀ ਇੱਦਾਂ ਉਹਨੇ ਦੇਖਣਾ ਵੀ ਹਾਂ ਵੀ ਜਾ ਰਿਹਾ ਕਿ ਵੀ ਮੈਂ ਬੈਨ ਆ ਜਾ ਕੇ ਪਿੱਛੇ ਅਤੇ ਅੱਖ ਨੱਖ ਮਿਲੀ ਜਾਣੀ ਵੀ ਯਾਰ ਇਹ ਪਿੱਛੇ ਜਾ ਰਿਹਾ ਮੰਨ ਲਓ ਮੈਂ ਪਿੱਛੇ ਗਿਆ ਮੈਂ ਫਿਰ ਪਿੱਛੇ ਨਹੀਂ ਹਟਣਾ ਯਾਰ ਇੱਧਰ ਭਰ ਕੇ ਅੱਗੇ ਨੂੰ ਜਾ ਰਿਹਾ ਤਾਂ ਪਿੱਛੇ ਨਹੀਂ ਹਟਣਾ ਫਿਰ ਤਾਂ ਫਿਰ ਤਾਂ ਮੂਹਰੇ ਤੋਂ ਉਹਨੂੰ ਬਲੌਕ ਕਰਨਾ ਮੂਹਰੇ ਮਾਰ ਦੀ ਪਿੱਛੇ ਦਾ ਆ ਹੀ ਗਿਆ ਬਲੌਕ ਮਾਰ ਦੇ ਸਮਝਿਆ ਪਿੱਛੇ ਪਿੱਛੇ ਨਹੀਂ ਹਟੀਦਾ ਹੁੰਦਾ ਯਾਰ ਲੀਡ ਹੋ ਗਈ ਨਾ ਮੰਨ ਲਓ ਅਸੀਂ 15 ਪੁਆਇੰਟ ਲੀਡ ਤੋੜ ਕੇ ਮੈਚ ਲੈ ਲਿਆ ਕਰਦੇ ਤੇ ਫਿਰ ਦੁਬਾਰਾ ਮੈਚ ਕੈਚਾਂ ਬਣਾਉਣੀਆਂ ਪੈਂਦੀਆਂ ਜ਼ਬਰਦਸਤੀ ਮਤਲਬ ਜ਼ਬਰਦਸਤੀ ਕੈਚ ਭੈਣ ਹਾਰੇ ਪੈ ਤਾਂ ਹੈ ਹੀ ਹੈ ਠੀਕ ਹੈ ਇਹਦੇ ਨਾਲ ਕਿਉਂ ਨਾ ਫਾਈਟ ਕਰਕੇ ਹਾਰੀ ਹੋ ਹਾਰੇ ਪੈ ਤਾਂ ਹੈ ਹੀ ਹੈ ਇਹ ਥੋੜ੍ਹਾ ਵੀ 20 ਪੁਆਇੰਟਾਂ ਦੇ ਹਾਰ ਰਹੇ 40 ਦੇ ਹਾਰਾਂ ਲੱਗ ਗਏ 60 ਦੇ ਹਾਰਾਂ ਲੱਗ ਗਏ ਕੋਸ਼ਿਸ਼ ਕਰਨੀ ਹੈ ਕਿ ਲੀਡ ਤੋੜਨੀ ਹੈ ਅਸੀਂ 48 ਪੁਆਇੰਟਾਂ ਦੀ ਛਪਾਲ 48 ਪੁਆਇੰਟਾਂ ਦੀ ਲੀਡ ਸੀ 48 ਪੁਆਇੰਟਾਂ ਦੀ ਲੀਡ ਤੋੜ ਕੇ 22 ਪੁਆਇੰਟਾਂ ਦੇ ਫਿਰ ਹਰਾਏ ਤੇ ਦੇਖ ਲਓ ਤੁਹਾਨੂੰ ਕਹਿ ਟੀਮਾਂ ਖੇਡਿਆ ਕਰਦੇ ਅਜੇ ਭਾਈ ਮੈਂ ਅਜੇ ਭਾਈ ਸਾਰੇ ਬਹੁਤ ਚਮਕਦਾ ਸੁਪਰ ਮਤਲਬ ਹਿੰਮਤ ਨਹੀਂ ਨਾ ਹਾਰੀ ਅਸੀਂ ਯਾਰ ਵਨ ਸਾਈਡ ਮੈਚ ਹੋਇਆ ਵਾ ਛੱਡ ਬਣ ਰਹਿਣ ਦੇ ਹਾਫ ਟਾਈਮ ਹੋ ਗਿਆ ਇਹ ਚੀਜ਼ ਨਹੀਂ ਹੈ ਮੈਚ ਤਾਂ ਐਂ ਤੱਕ ਛੱਡਣਾ ਹੀ ਮੈਚ ਸਭ ਲੈ ਕੇ ਨਾ ਬਸ ਮੈਚ 20 ਮਿੰਟਾਂ ਦਾ ਕੁਛ ਵੀ ਹੋ ਸਕਦਾ ਚੇਂਜ ਕਰਨਾ ਮੈਚ ਦੁਨੀਆ ਦਰਸ਼ਨ ਵੀ ਦੇਖਾ ਵੀ ਇਹ ਕਿਆ ਹੋ ਗਿਆ ਯਾਰ ਇਹ ਤਾਂ ਜਿੱਤ ਰਹੇ ਤੇ ਇਹ ਲੱਗ ਗਈ ਤੁਹਾਨੂੰ ਮਤਲਬ ਹਾਰ ਬੋਲ ਨਹੀਂ ਰੱਖਣਾ ਹਾਰ ਨਹੀਂ ਮੰਨਣੀ ਲਾਸਟ ਪੁਆਇੰਟ ਤੱਕ ਮੈਚ ਜ਼ਬਰਦਸਤੀ ਕੈਚ ਫਿਰ ਕੋਰਟ ਫਰਤੇ ਨਾਲ ਲੱਗ ਕੇ ਖੇਲ ਮੈਂ ਸ਼ਾਟ ਮਾਰਿਆ ਚੱਕ ਪਰਤੇ ਕਵਰ ਕੱਟ ਕੋਰਨਰ ਕੱਟ ਮਾਰ ਜਦ ਤੂੰ ਸੋਤੇ ਕੈਚ ਬੋਨਸ ਵਾਲੀ ਬਣ ਗਈ ਬਾਈ ਚਾਂਸ ਲੈਣ ਦੱਬਲੀ ਤੁਸੀਂ 5-5 ਰੇਟਾਂ ਦਾ ਮੈਚ ਹੁੰਦਾ ਤਾਂ ਲੈਣ ਦੱਬਲੀ ਜਾਂਦੀ ਪਤਾ ਹੈ ਨਾ ਤਾਂ ਤੁਸੀਂ ਉੱਥੇ ਦਾ ਤੁਹਾਡੇ ਪੁਆਇੰਟ ਰੁਕਣਾ ਹੀ ਨਹੀਂ ਮਤਲਬ ਫਿਰ ਤਾਂ ਰੇਟਰ ਦਾ ਜਦ ਤੁਸੀਂ ਬੋਨਸ ਵਾਲੀ ਰੇਟਰ ਨੂੰ ਪੁਆਇੰਟ ਦੇ ਰਹੇ
ਤਾਂ ਲੈਣ ਪਾਤਾ ਉਹਨੇ ਚਾਰ ਚਾਰ ਪੰਜ ਪੰਜ ਲੈ ਜਾਣੇ। ਕਿਆ ਸਮਝੇ? ਠੀਕ ਆ, ਪੰਜ ਪੰਜ ਰੇਟਾਂ ਮੈਚ ਆ ਗਿਆ, ਲਾਈਨਾਂ ਪਰ ਮੈਚ ਆ ਗਿਆ, ਲਾਈਨ ਪਰ ਮੈਚ ਆ ਗਿਆ। ਜਦ ਤੁਸੀਂ ਬੌਂਸ ਪਰੀ ਦੀ ਕੈਚ ਬਣਾ ਰਹੇ, ਤੁਸੀਂ ਲਾਈਨ ਪਰ ਕਿੱਥੇ ਕੈਚ ਬਣਾ ਲਈ ਉਹਨੂੰ ਰੇਟਾਂ ਨੂੰ? ਪਹਿਲੇ 20 ਸੈਕਿੰਡ, ਪਹਿਲੇ 20 ਸੈਕਿੰਡ ਰੇਟਰ ਦੇ ਆ, ਬਾਕੀ 10 ਸੈਕਿੰਡ ਪੋਤੇ ਆ। ਮਤਲਬ 20 ਸੈਕਿੰਡ 15 ਸੈਕਿੰਡ ਰੇਟਰ ਨੂੰ ਖੇਲਣ ਦਿਓ, ਪਹਿਲਾਂ ਪੁਆਇੰਟ ਨਹੀਂ ਦੇਣਾ। ਰੇਟਰ ਫਰੈਸ਼ ਹੋ ਕੇ ਆਇਆ ਵਾ, 15 ਸੈਕਿੰਡ ਮਤਲਬ ਉਹਨੇ ਪੂਰਾ ਪੂਰਾ ਮਤਲਬ ਫੁੱਟਵਰਕ ਕਰਨਾ, ਤੇਜ਼ ਕਰਨਾ, ਫਾਸਟ ਕਰਨਾ। ਜਦ ਉਹ 15 ਸੈਕਿੰਡ 18 ਸੈਕਿੰਡ ਹੁੰਦੇ ਰਹਿਣੇ, 20 ਸੈਕਿੰਡ ਰਹਿਣੇ, ਤਾਂ ਉਹਦੇ ਫੁੱਟਵਰਕ ਮੈਂ ਵੀ ਚੇਂਜਿੰਗ ਆਈ ਜਾਣੀ, ਅਤੇ ਉਹਨੂੰ ਇਹ ਵੀ ਹੋਣਾ ਕਿ ਮੈਂ ਪੁਆਇੰਟ ਲੈ ਕੇ ਜਾਣਾ ਹੁਣ, ਸਮਝੇ? ਫਿਰ ਉਹਨੇ ਗਲਤੀ ਕਰਨੀ ਰੇਟਰ ਨੇ, 15 ਸੈਕਿੰਡ ਦੇ ਬਾਹਰ ਗਲਤੀ ਕਰਨੀ ਰੇਟਰ ਨੇ। ਫਿਰ ਤੁਸੀਂ ਜਦ ਉਹਨੇ ਗਲਤੀ ਕਰਨੀ, ਫਿਰ ਤੁਸੀਂ ਕੈਚ ਬਣਾ। ਚਲੋ।